ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਡੇ ਚੈਨਲ ਹੈਪੀ ਪੰਜਾਬੀ ਗਾਏ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਜੀ ਆਲੂ ਦੀਆਂ ਟਿੱਕੀਆਂ ਬਣਾ ਕੇ ਅਤੇ ਸੈਂਡਵਿਚ ਬਣਾਵਾਂਗੇ ਆਪਾਂ ਅਤੇ ਪਹਿਲਾਂ ਆਪਾਂ ਲਏ ਆਲੂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਦੇ ਹਾਂ ਫਿਰ ਵਾਸ਼ ਕਰਕੇ ਇਹਨਾਂ ਨੂੰ ਆਪਾਂ ਬੋਇਲ ਕਰਨਾ ਜੀ ਚੰਗੀ ਤਰ੍ਹਾਂ ਕਿਉਂ ਆਪਾਂ ਫਿਰ ਇਹਨਾਂ ਦੀਆਂ ਟਿੱਕੀਆਂ ਬਣਾਵਾਂਗੇ ਅਤੇ ਫਿਰ ਟਿੱਕੀਆਂ ਬਣਾ ਕੇ ਫਿਰ ਆਪਾਂ ਇਹਨੂੰ ਸੈਂਡਵਿਚ ਦੇ ਵਿੱਚ ਯੂਜ਼ ਕਰਾਂਗੇ ਬਰਗਰ ਦੀ ਤਰ੍ਹਾਂ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਹਾਂਜੀ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਜਿਹੜੇ ਆਲੂ ਸੀਗੇ ਉਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਉਬਾਲ ਲਿਆ ਜੀ ਉਬਾਲ ਕੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲਿਆ ਅਤੇ ਹੁਣ ਆਪਾਂ ਇਹਨਾਂ ਦੀਆਂ ਬਣਾਵਾਂਗੇ ਟਿੱਕੀਆਂ ਅਤੇ ਹੁਣ ਆਪਾਂ ਇਹਨੂੰ ਮੈਸ਼ ਕਰਦੇ ਹਾਂ ਅਤੇ ਨਾਲ ਹੀ ਆਪਾਂ ਹੀ ਜਿਹੜਾ ਟਮਾਟਰ ਆ ਅਤੇ ਪਿਆਜ਼ ਆ ਉਹਨੂੰ ਵੀ ਕੱਟ ਲੈਂਦੇ ਹਾਂ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਅਤੇ ਉਹ ਸੈਂਡਵਿਚ 'ਤੇ ਲਾਉਣ ਨੂੰ ਹਾਂਜੀ ਅੱਜ ਆਪਾਂ ਬਾਹਰ ਵਧੀਆ ਵੈਦਰ ਸੀਗਾ ਜੀ ਧੁੱਪ ਸੀ ਅਤੇ ਥੋੜ੍ਹਾ ਜਿਹਾ ਬਾਹਰ ਬਹਿ ਕੇ ਕੱਟ ਰਹੇ ਹਾਂ ਅਤੇ ਆਲੂ ਪਈ ਬਾਹਰ ਹੀ ਛਿੱਲੇ ਆ ਜੀ ਬਾਹਰ ਵਧੀਆ ਵੈਦਰ ਅੱਜ ਅਤੇ ਵੈਸੇ ਤਾਂ ਠੰਡ ਹੋ ਗਈ ਹੈ ਜੀ ਇੱਥੇ ਅਤੇ ਹੁਣ ਨਾਲ ਹੀ ਆਪਾਂ ਜੀ ਪਿਆਜ਼ ਛਿੱਲ ਲਏ ਦੋ ਵੱਡੇ ਪਿਆਜ਼ ਅਤੇ ਨਾਲ ਹੀ ਦੋ ਟਮਾਟਰ ਜੀ ਅਤੇ ਇੱਕ ਖੀਰਾ ਹੁਣ ਇਹਨੂੰ ਵੀ ਆਪਾਂ ਉੱਪਰ ਬਰਗਰ 'ਤੇ ਲਾਉਣ ਨੂੰ ਹੀ ਸਲਾਈਸ ਦੀ ਤਰ੍ਹਾਂ ਇੱਦਾਂ ਬਰੀਕ ਬਰੀਕ ਕੱਟ ਲੈਂਦੇ ਹਾਂ ਅਤੇ ਫਿਰ ਸਾਰੇ ਕੱਟ ਕੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਅਤੇ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਹਾਂਜੀ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਜਿੱਦਾਂ ਹੁਣ ਟਮਾਟਰ ਕੱਟ ਲਿਆ ਬਰੀਕ ਬਰੀਕ ਦੋ ਟਮਾਟਰ ਕੱਟ ਲਏ ਇਸੇ ਤਰ੍ਹਾਂ ਆਪਾਂ ਪਿਆਜ਼ ਕੱਟ ਲਾਂਗੇ ਅਤੇ ਫਿਰ ਆਪਾਂ ਨਾਲ ਹੀ ਖੀਰਾ ਕੱਟ ਲਾਂਗੇ ਹਾਂਜੀ ਯਾਰ ਆਪਾਂ ਪਿਆਜ਼ ਵੀ ਬਰੀਕ ਬਰੀਕ ਕੱਟ ਲਏ ਅਤੇ ਇੱਕ ਹੋਰ ਪਿਆਜ਼ ਆਪਣਾ ਉਹ ਵੀ ਆਪਾਂ ਬਰੀਕ ਬਰੀਕ ਕੱਟ ਲੈਣਾ ਹਾਂਜੀ ਹੁਣ ਤੁਸੀਂ ਦੇਖ ਸਕਦੇ ਹੋ ਜਿੱਦਾਂ ਆਪਾਂ ਪਿਆਜ਼ ਵੀ ਦੋਨੇ ਕੱਟ ਲਏ ਆ ਅਤੇ ਹੁਣ ਆਪਾਂ ਖੀਰਾ ਛਿੱਲ ਲਾਂਗੇ ਖੀਰੇ ਨੂੰ ਛਿੱਲ ਕੇ ਫਿਰ ਆਪਾਂ ਉਹਨੂੰ ਵੀ ਬਰੀਕ ਬਰੀਕ ਕੱਟਦੇ ਹਾਂ ਹਾਂਜੀ ਹੁਣ ਆਪਣਾ ਖੀਰਾ ਪਿਆ ਜੀ ਆਪਾਂ ਇਹਨੂੰ ਖੀਰੇ ਨੂੰ ਛਿੱਲ ਲੈਂਦੇ ਹਾਂ ਅਤੇ ਫਿਰ ਛਿੱਲ ਕੇ ਇਹਨੂੰ ਵੀ ਬਰੀਕ ਬਰੀਕ ਕੱਟ ਲੈਂਦੇ ਹਾਂ ਹਾਂਜੀ ਆਪਾਂ ਹੁਣ ਖੀਰਾ ਵੀ ਕੱਟ ਲਿਆ ਇਹਦੀਆਂ ਪਤਲੀਆਂ ਸਲਾਈਸਾਂ ਕੱਟੀਆਂ ਜੀ ਆਪਾਂ ਗੋਲ ਕੱਟਿਆ ਖੀਰਾ ਵੀ ਜਿੱਦਾਂ ਆਪਾਂ ਟਮਾਟਰ ਗੋਲ ਕੱਟਿਆ ਅਤੇ ਪਿਆਜ਼ ਗੋਲ ਕੱਟਿਆ ਇਸੇ ਤਰ੍ਹਾਂ ਆਪਾਂ ਖੀਰਾ ਹੀ ਕਿਉਂਕਿ ਆਪਾਂ ਫਿਰ ਬ੍ਰੈਡ ਦੇ ਵਿੱਚ ਸੈਂਡਵਿਚ ਦੇ ਵਿੱਚ ਲਾਵਾਂਗੇ ਤਾਂ ਕਰਕੇ ਇੱਦਾਂ ਗੋਲ ਕੱਟਿਆ ਹਾਂਜੀ ਹੁਣ ਆਪਾਂ ਆਲੂਆਂ ਨੂੰ ਮੈਸ਼ ਕਰ ਲੈਂਦੇ ਹਾਂ ਚੰਗੀ ਤਰ੍ਹਾਂ ਮੈਸ਼ਰ ਦੇ ਨਾਲ ਫਿਰ ਆਪਾਂ ਇਹਦੇ ਵਿੱਚ ਲੂਣ ਮਿਰਚ ਪਾਉਂਦੇ ਹਾਂ ਹਾਂਜੀ ਹੁਣ ਆਪਾਂ ਇਹ 'ਚ ਪਾ ਦਿੰਦੇ ਹਾਂ ਸੇਂਦਾ ਨਮਕ ਦਾ ਚਮਚਾ ਅਸੀਂ ਅੰਦਾਜ਼ੇ ਜੇ ਨਾ ਪਾਏ ਤੁਸੀਂ ਜਿੰਨਾ ਖਾਂਦੇ ਹੋ ਆਪਣੇ ਹਿਸਾਬ ਨਾਲ ਪਾ ਲਿਓ ਅਤੇ ਵਿੱਚ ਪਾਈ ਆਈ ਕਾਲੀ ਮਿਰਚ ਅੰਦਾਜ਼ੇ ਨਾਲ ਜੀ ਅਤੇ ਵਿੱਚ ਆਪਾਂ ਪਾਇਆ ਜੀ ਚਾਟ ਮਸਾਲਾ ਅੱਧਾ ਕੁ ਚਮਚਾ ਜੀ ਅਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਕੁੱਟੀਆਂ ਹੋਈਆਂ ਨੇ ਜਿਹੜੀਆਂ ਇੱਦਾਂ ਹੀ ਲਈਆਂ ਸੀ ਆਪਾਂ ਲਾਲ ਮਿਰਚਾਂ ਇਹਦੇ ਨਾਲ ਲੁੱਕ ਵਧੀਆ ਲੱਗਦੀ ਹੈ ਆਪਾਂ ਅੰਦਾਜ਼ੇ ਜੇ ਨਾ ਪਾ ਰਹੇ ਤੁਸੀਂ ਇਹ ਜਿੱਦਾਂ ਖਾਂਦੇ ਹੋ ਜੀ ਵੱਧ ਖਾਂਦੇ ਹੋ ਤਾਂ ਵੱਧ ਪਾ ਲਿਓ ਘੱਟ ਖਾਂਦੇ ਹੋ ਤਾਂ ਜੀ ਘੱਟ ਯੂਜ਼ ਕਰ ਸਕਦੇ ਹੋ ਆਪਾਂ ਥੋੜ੍ਹਾ ਜਿਹਾ ਸਪਾਈਸੀ ਜਿਹਾ ਰੱਖਣਾ ਜੀ ਥੋੜ੍ਹੀਆਂ ਜਿਹੀਆਂ ਹੋਰ ਪਾ ਲੈਂਦੇ ਹਾਂਜੀ ਹੁਣ ਆਪਾਂ ਇਹ 'ਚ ਜੀਰੇ ਦਾ ਅੱਧਾ ਚਮਚਾ ਪਾਤਾ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਮੈਂ ਤੁਹਾਨੂੰ ਫਿਰ ਦੱਸ ਦਿੰਦੀ ਹਾਂ ਜੀ ਆਲੂ ਕੀਤੇ ਆ ਮੈਸ਼ ਅਤੇ ਉਹਦੇ ਵਿੱਚ ਆਪਾਂ ਪਾਇਆ ਜੀ ਸੇਂਦਾ ਨਮਕ ਲਾਲ ਮਿਰਚਾਂ ਜੀ ਅਤੇ ਚਾਟ ਮਸਾਲਾ ਅਤੇ ਕਾਲੀ ਮਿਰਚ ਅਤੇ ਜੀਰਾ ਪਾਇਆ ਅਤੇ ਹੁਣ ਆਪਾਂ ਇਹਨੂੰ ਮਿਕਸ ਕਰਦੇ ਹਾਂ ਅਤੇ ਆਪਾਂ ਇਹਦੀਆਂ ਟਿੱਕੀਆਂ ਬਣਾਉਂਦੇ ਹਾਂ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਹਾਂਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਸਾਰੇ ਮਟੀਰੀਅਲ ਨੂੰ ਜਿਹੜਾ ਆਪਾਂ ਪਾਇਆ ਜੀ ਵਿੱਚ ਅਤੇ ਇਹਨੂੰ ਇੱਕ ਸਾਰ ਕਰਕੇ ਹੀ ਫਿਰ ਆਪਾਂ ਇਹਦੀਆਂ ਬਣਾਉਂਦੇ ਹਾਂ ਟਿੱਕੀਆਂ ਹਾਂਜੀ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਆਲੂ ਦੀਆਂ ਟਿੱਕੀਆਂ ਬਣਾਉਂਦੇ ਆਪਾਂ ਇਹਦੇ ਵਿੱਚ ਕੁਛ ਨਹੀਂ ਪਾਇਆ ਹੈਗਾ ਜੀ ਇਕੱਲੇ ਆਲੂ ਹੀ ਆ ਮੈਸ਼ ਕਿਤੇ ਕੋਈ ਕੌਰਨ ਸਟਾਰਚ ਕੋਈ ਕੁਛ ਨਹੀਂ ਪਾਇਆ ਹੈਗਾ ਅਤੇ ਇਹਨੂੰ ਆਪਾਂ ਇੱਦਾਂ ਹੀ ਬਣਾ ਲਿਆ ਜੀ ਜੇ ਤੁਸੀਂ ਇਹਨੂੰ ਗੋਲ ਜਿਹੀ ਸ਼ੇਪ ਦੇਣੀ ਹੈ ਜਿੱਦਾਂ ਕਟੋਰੀ ਦੇ ਨਾਲ ਮੈਂ ਦਿੱਤੀ ਹੈ ਇਹਨੂੰ ਤੁਸੀਂ ਦੇ ਸਕਦੇ ਹੋ ਕਿਸੇ ਵੀ ਯੂਜ਼ ਕਰਕੇ ਜਿੱਦਾਂ ਇਹਨੂੰ ਮੈਂ ਦਿੱਤੀ ਸੀਗੀ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਜਿੱਦਾਂ ਆਹ ਵਾ ਇਹਨੂੰ ਵੀ ਆਪਾਂ ਸ਼ੇਪ ਦੇ ਸਕਦੇ ਹਾਂ ਗੋਲ ਜਿਹਦੇ ਨਾਲ ਆਪਣੀ ਸ਼ੇਪ ਆ ਜਿਹੜੀ
थोड़ी जी वधिया लगूगी। इस तरह ही आप सारिया टिक्किया बना लेने, फिर उन्होंने फ्राई कर दें, फिर मिलते हैं तुहानू ते दिखाने। हाँ जी तुसी देख सकते हो हुण आप टिक्किया बनाने लगे। आप गैस नू मीडियम ते किता है ते घे ला लिया तवे ते, ते इदा टिक्किया आप रख लें सारिया के तवा बड़ा है। तो पांच टिक्कियां रख ली ते हुण इहनू आपां मीडियम ते हौली हौली कर दें फ्राई। आपां इहदे विच कुछ नहीं पाया हैगा जी, कल्ले आलूआं दीआं टिक्कियां ने इह, ते खाण विच वी बहुत टेस्टी लगदी है जदों आपां सैंडविच बना के खाने आ नाल विच ला के सैलड दे नाल। तुसीं वी इदां ट्राई करके देखियो। हाँ जी हुण आपां इहनां दी साइड चेंज कर दिंदे आ, टर्न करता इहनां नूं। आ देखो बहुत सोहणा कलर आ गया। इनू आप एज इज ही रखे, कुछ नहीं ये आप होर पाया। तो हूँ एक साइड हो गई है जो ब्राउन, तो आप चेंज करता है। हाँ जी तुम देख सकते हो कि वधिया कलर आया इन्हों का डीप ब्राउन जहा। जो इदा हो गया समझ लो ये बन गया है। आप हूँ ये गैस तो ला लें, तो आप फिर होर दूजिया टिक्किया बनाने हैं, तो बाद फिर आप ब्रैड न गर्म करते हैं, तो फिर तुम सैंडविच बना के दिखाने। हाँ जी हूँ अपन टिक्किया हो गई, इन आप प्लेट कड़ लें। सारिया टिक्किया प्लेट कड़ लेंगे। हाँ जी हूँ आप दूजिया टिक्किया भी पाती हैं, तो इन आप देसी घे लाया ही आले दुआले थोड़ा थोड़ा इन्हों के, तो ये सारिया चलिया जाऊगा। हूँ आप इन्हों भी फ्राई कर लें। इधर आ फ्राई हो गई ने, तो आप भी फ्राई कर लें। हाँ जी आप दूजिया टिक्किया भी हूँ बना लिया, ये भी हो गई डीप ब्राउन, तो इन्हों भी आप प्लेट कड़ लें। हूँ आप जोड़े बर्गर बनना है उन्होंने कर दें फ्राई। हाँ जी हूँ आप इतने बर्गर बन ले, आप इन्हों भी इदा ही थोड़ा जहा राड़ लें। तो आप थोड़ा थोड़ा घे लाता से, असी होल वीट बन ले, तुसी जिहड़े मर्जी लै सकदे हो, तुहाडी चॉइस आ। इत्थे तिलां वाले भी मिलते हैं, पोटैटो वाले भी मिलते हैं, कई तरह के होंगे है, पर असी ज़्यादा यही लाइक करते हैं। हुण आपां इन्हां नूं भी इदां ही थोड़ा जिहा सेक जे लैने, तो थोड़े जिहे रड़ जाणगे, खाण च क्रंची लगदे। हाँ जी तुसी देख सकदे हो हुण ये डीप ब्राउन जे हो गए। आपां सिम गैस ते ही बना रहे हैं बिल्कुल, तो हूँ आप सारे बना लें जी इदा ही। हाँ जी हूँ तुम देख सकते हो जी वो अपने खीरे पे आ, इधर टिक्किया ने, इधर आप थोड़ी जी लैटस कट ली सी पाउन सैंडविच दे, ते आ अपने बन ने, ते इधर अपने टमाटर ते प्याज ने। हूँ आप बर्गर बनाने जी, आप कैचअप भी पावे, तो एक आप पाने बंबे सैंडविच स्प्रैड इधरों मिल जाता है, ग्रीन चटनी वगू हों, एक आप बेलपूरी चटनी। आप इदा डिफरेंट स्टाइल ना बनाने, तुसी बने रहो साड़ी वीडियो दे नाल, ते ट्राई करो। जे तुसी साडे चैनल ते पहली बार आए हो सानू लाइक शेयर ते सबसक्राइब करो। साडे चैनल दा नाम हैगा जी हैप्पी पंजाबी गाय। हाँ जी हुण आप एक साइड ग्रीन चटनी ला लेनी है ब्रेड दे, दूसरी साइड जी बेलपूरी चटनी आ वह ला लेनी है। तुसी कैचअप भी ला सकते हो जे नहीं हैगी, कैचअप भी आप जे अपने घर कैचअप, आप कैचअप यूज कर सकते हैं। हूँ आप एक साइड टिक्की ला दें, जी आप आलू की टिक्की बनाई सी, तो ये उपर आप रख दें जड़े गोल कटे हुए प्याज आ उदी स्लाइस, ते नाल ही इहदे उपर आपां रख दांगे टमाटर। हुण आपां इहदे ते खीरे रख लांगे। ते जे तुहाडे कोल लैटस हैगी आ, इह ऑप्शनल आ, तुसी लैटस भी रख सकदे हो। साडे को घर सीगी थोड़ी जी, आप वो भी बेच रख लें।
ये ना भी वधिया लगता जी टेस्ट। जे तुहाडे को धनिया हैगा जी तुसीं धनिया भी थोड़ा जिहा उपर पा सकदे हो। तो हुण तुहाडा जिहड़ा बर्गर सैंडविच है वो खाण लई रेडी है, तो तुसीं भी ट्राई करियो। हाँ जी हुण अपना जिहड़ा बर्गर सैंडविच है रेडी है खाण लई, ते तुसीं भी अपने घर जरूर बनायो ते सानू शेयर करियो अपने कमेंट जी, दस्सियो किद्दां दा बणिया। इहदी लुक बहुत सोहणी लगदी है जी, तुसीं देख सकदे हो टमाटरां दे नाल ते सॉस दे नाल ही। ते जे तुसीं साडे चैनल ते पहली बार आए जी, साडे चैनल नूं लाइक शेयर ते सबसक्राइब करियो। साडे चैनल दा नाम हैगा जी हैप्पी पंजाबी गाए। मिलदे हां जी किसे होर वीडियो दे नाल। थैंक यू फॉर वॉचिंग अस।